कि भी ये पेपर लीक कह सकते हैं इसनूं ते जड़े ये एस एस टी के सारे क्वेश्चन ने ना ये हाईलाइट किए पे ने जड़े आंसर ने सारे हाईलाइट ने आ तुसी देख सकते हो इन्ने चीज़ों की मेहनत से हम बर्बाद हो जानी है फिर इदा ठीक है असं मंग करते जब सू पास किया जाए या फिर बनती कानून कानून के जी कार्रवाई की जाए साढ़े क्वेश्चन पेपर भी उन्होंने आप ले ले जो कि साढ़े कोई सबूत ना लगे जो अच्छ सा पेपर होया पहला तो सू घंटा पेपर नहीं मिले ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਕੂਲ ਟੈਟ ਦੀ ਪ੍ਰੀਖਿਆ ਸੂਬੇ ਭਰ ਚ ਲਈ ਗਈ ਸੀ ਜੋ ਵਿਵਾਦਾਂ ਚ ਰਹਿਣ ਕਾਰਨ ਰੱਦ ਕਰਕੇ ਮੁੜ ਤੋਂ ਲਈ ਜਾਵੇਗੀ ਕਿਉਂਕਿ ਸਰਕਾਰ ਵੱਲੋਂ ਲਏ ਗਏ ਇਸ ਪੇਪਰ ਚ ਕਈ ਖਾਮੀਆਂ ਪਾਈਆਂ ਗਈਆਂ ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਹੁਕਮਾਂ ਤੋਂ ਬਾਅਦ ਹੁਣ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਚ ਕਿਹਾ ਜਾ ਰਿਹਾ ਹੈ ਕਿ 2 ਮੈਂਬਰੀ ਕਮੇਟੀ ਇਸ ਦੀ ਰਿਪੋਰਟ ਸੌਂਪੇਗੀ ਦਰਅਸਲ ਸਰਕਾਰ ਵੱਲੋਂ ਲਏ ਗਏ ਇਸ ਪੇਪਰ ਚ ਸਮਾਜਿਕ ਸਿੱਖਿਆ ਦੇ ਪ੍ਰਸ਼ਨ ਪੱਤਰ ਚ ਪ੍ਰਸ਼ਨਾਂ ਦੇ ਉੱਤਰ ਗੂੜੇ ਕਰਕੇ ਦਰਸਾਏ ਗਏ ਸਨ ਜੋ ਕਿ ਵਿਭਾਗ ਦੀ ਵੱਡੀ ਅਣਗਹਿਲੀ ਨੂੰ ਦਰਸਾਉਂਦੇ ਨੇ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਵਨੀਤਾ ਸ਼ਰਮਾ ਗਾ ਸਰ ਮੈਂ ਬਰਨਾਲਾ ਤੋਂ ਹੀ ਆ ਤੇ ਅੱਜ ਤੁਹਾਡੀ ਪ੍ਰੋਬਲਮ ਆਈ ਹੈ ਤੇ ਕਿਸ ਚੀਜ਼ ਦਾ ਤੁਹਾਡਾ ਪੇਪਰ ਸਰ ਸਾਡਾ ਅੱਜ ਨਾ ਪੀ ਐਸ ਰੈਟ ਦਾ ਪੇਪਰ ਸੀਗਾ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ 'ਚ 153 ਨੰਬਰ ਕੋਡ ਹੈ ਇਹਦਾ ਤੇ ਸਰ ਇੱਥੇ ਰੂਮ ਨੰਬਰ ਬੰਦੇ ਜਿਹੜੇ ਬੱਚੇ ਸੀਗੇ ਉਹਨਾਂ ਨਾਲ ਨਾ ਮਤਲਬ ਇਦਾਂ ਕੀਤਾ ਗਿਆ ਕਿ ਜਿਵੇਂ ਪੇਪਰ ਦੇ ਸੈੱਟ ਇੱਕ ਦੋ ਪੇਪਰ ਹੁੰਦੇ ਨੇ ਇੱਕ ਸਬਜੈਕਟ ਦਾ ਪੇਪਰ ਹੁੰਦਾ ਗਾ ਅਤੇ ਇੱਕ ਕੰਪਲਸਰੀ ਪੇਪਰ ਹੁੰਦਾ ਜਿਹੜਾ ਸਾਰੇ ਬੱਚਿਆਂ ਲਈ ਹੁੰਦਾ ਗਾ ਅਤੇ ਉਹਨਾਂ ਦੇ ਨਾ ਕੋਡ ਸਾਨੂੰ ਅਲੱਗ ਅਲੱਗ ਦਿੱਤੇ ਗਏ ਸੈੱਟ ਅਲੱਗ ਅਲੱਗ ਪੇਪਰ ਦਿੱਤਾ ਗਿਆ ਗਾ ਅਤੇ ਮਿਸਮੈਚ ਹੋਣ ਕਰਕੇ ਸਾਡੇ ਆਂਸਰ ਕੀ ਚੈੱਕ ਨਹੀਂ ਹੋਣੀਗੀ ਅਤੇ ਬੱਚਿਆਂ ਤੋਂ ਨਾ ਮਤਲਬ ਕੁਐਸਚਨ ਬੁੱਕਲੈਟਸ ਖੋਹ ਲਈਆਂ ਗਈਆਂ ਤਾਂ ਮੈਂ ਜ਼ਬਰਦਸਤੀ ਇਹਨਾਂ ਤੋਂ ਲੈ ਆਈ ਹਾਂ ਸਾਡੇ ਕੋਲ ਇੱਕੋ ਹੀ ਬੁੱਕਲੈਟ ਹੈਗੀ ਕੁਐਸਚਨ ਬੁੱਕਲੈਟ ਅਤੇ ਇੱਕ ਦੂਸਰੀ ਗੱਲ ਇਹ ਆ ਕਿ ਵੀ ਇਹ ਪੇਪਰ ਲੀਕ ਕਹਿ ਸਕਦੇ ਹਾਂ ਅਸੀਂ ਇਹਨੂੰ ਅਤੇ ਜਿਹੜੇ ਇਹਦੇ ਐਸ ਐਸ ਟੀ ਦੇ ਸਾਰੇ ਕੁਐਸਚਨ ਨੇ ਨਾ ਇਹ ਹਾਈਲਾਈਟ ਕੀਤੇ ਪਏ ਨੇ ਜਿਹੜੇ ਆਂਸਰ ਨੇ ਉਹ ਸਾਰੇ ਹਾਈਲਾਈਟ ਨੇ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਸਰ ਇਹ ਇਹਨਾਂ ਦਾ ਆਪਾਂ ਪ੍ਰਸ਼ਾਸਨ ਦਾ ਇੱਕ ਹਪਲਾ ਕਹਿ ਸਕਦੇ ਹਾਂਗੇ ਜਾਂ ਪੇਪਰ ਸਾਡਾ ਦੁਬਾਰੇ ਕੰਡਕਟ ਕਰਵਾਇਆ ਜਾਵੇ ਸਾਡੀ ਇਹੀ ਮੰਗ ਆ ਕਿਉਂਕਿ ਵੀ ਹੁਣ ਸਾਡਾ ਉਹ ਪੇਪਰ ਚੈੱਕ ਨਹੀਂ ਹੋਣਾ ਤਾਂ ਇਸ ਹਿਸਾਬ ਨਾਲ ਤਾਂ ਸਾਡੇ 60 ਨੰਬਰ ਦਾ ਪੇਪਰ ਤਾਂ ਅਸੀਂ ਗਲਤ ਕਰਿਆ ਇਹ ਚੀਜ਼ ਹੋ ਰਹੀ ਹੈਗੀ ਤੁਹਾਡੇ ਮੁਤਾਬਕ ਇਹ ਪੇਪਰ ਦੁਬਾਰਾ ਲਿਆ ਜਾਵੇ ਜਾਂ ਸਾਡੇ ਬਣਦੀ ਕਾਰਵਾਈ ਕਰੀ ਜਾਵੇ ਜਾਂ ਮਤਲਬ ਫਿਰ ਪੇਪਰ ਚੈੱਕ ਕਰ ਲਿਆ ਜਾਵੇ ਇਸ ਬੇਸ ਤੇ ਚੈੱਕ ਇੰਨਾ ਵਧੀਆ ਸਰ ਕੁਲਜਿੰਦਰ ਕੌਰ ਹੈ ਮੈਂ ਫਤਿਹਗੜ੍ਹ ਸਾਹਿਬ ਤੋਂ ਆਈ ਹਾਂ ਸਰ ਅੱਜ ਪੀ ਐਸ ਟੈਟ ਦਾ ਪੇਪਰ ਸੀ ਸਾਡਾ ਸਰ ਉਹਦੇ ਵਿੱਚ ਦਿੱਕਤ ਆਈ ਕਿ ਸਾਡੇ ਜਿਹੜੇ ਕੋਡ ਸੀਗੇ ਉਹ ਮਿਸਮੈਚ ਸੀਗੇ ਜਿਹੜਾ ਕੋਡ ਸੀ ਸੇਮ ਨਹੀਂ ਸੀ ਦਿੱਤਾ ਗਿਆ ਸਾਨੂੰ ਇਸ ਕਰਕੇ ਸਾਡੇ ਫਿਰ ਜਦੋਂ ਆਂਸਰ ਕੀ ਆਊਗੀ ਸਾਨੂੰ ਪ੍ਰੋਬਲਮ ਆਊਗੀ ਉਹਦੇ ਵਿੱਚ ਕਿ ਸਾਡਾ ਰਿਜ਼ਲਟ ਸਾਡਾ ਕਿਵੇਂ ਸ਼ੋ ਹੋਊਗਾ ਫਿਰ ਠੀਕ ਹੈ ਇਸ ਕਰਕੇ ਸਾਡਾ ਇੰਨੇ ਚੀਜ਼ਾਂ ਦੀ ਮਿਹਨਤ ਸੀ ਹੁਣ ਬਰਬਾਦ ਹੋ ਜਾਣੀ ਹੈ ਫਿਰ ਇੱਦਾਂ ਦਾ ਠੀਕ ਹੈ ਅਸੀਂ ਮੰਗ ਕਰਦੇ ਜਦ ਸਾਨੂੰ ਪਾਸ ਕੀਤਾ ਜਾਵੇ ਜਾਂ ਫਿਰ ਬਣਦੀ ਕਾਨੂੰਨ ਕਿ ਜਿਹੜੀ ਕਾਰਵਾਈ ਉਹ ਕੀਤੀ ਜਾਵੇ ਜੇ ਕੋਈ ਹੱਲ ਨਾ ਹੋਇਆ ਫਿਰ ਸਰ ਹੋਣਾ ਚਾਹੀਦਾ ਇੱਦਾਂ ਕਿਦਾਂ ਨਹੀਂ ਹੋਣਾ ਚਾਹੀਦਾ ਸਰ ਹੱਲ ਹੋਣਾ ਚਾਹੀਦਾ ਸਾਡੇ ਕੋਲ ਸਾਡੇ ਪੇਪਰ ਖੋ ਲਓ ਜੀ ਇਹਨਾਂ ਸਾਡੇ ਕੁਐਸਚਨ ਪੇਪਰ ਵੀ ਉਹਨਾਂ ਨੇ ਆਪ ਲੈ ਲਏ ਜਿਹੜਾ ਕਿ ਸਾਡੇ ਕੋਲ ਕੋਈ ਸਬੂਤ ਨਾ ਲੱਗੇ ਐਗਜ਼ਾਮਿਨਰ ਦੀ ਗਲਤੀ ਹੈ ਜਾਂ ਸਰ ਐਗਜ਼ਾਮਿਨਰ ਦੀ ਵੀ ਹੋ ਸਕਦੀ ਹੈ ਤੇ ਬਾਕੀ ਪ੍ਰਬੰਧਕ ਜਿਹੜਾ ਉਹਨਾਂ ਨੇ ਲਗਾਇਆ ਸੀ ਉਹਨਾਂ ਦੀ ਵੀ ਗਲਤੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸੀਗਾ ਬਕਾਇਦਾ ਉਹਨਾਂ ਨੇ ਸਾਡੀ ਸੁਣੀ ਨਹੀਂ ਹੈ ਕਿਉਂਕਿ ਕਹਿੰਦੇ ਨਹੀਂ ਜਿਵੇਂ ਹੈਗਾ ਉਦਾਂ ਹੀ ਕਰੋ ਸੈਂਟਰ ਤੋਂ ਸੇਮ ਟਾਈਮ ਤੇ ਬਾਹਰ ਕੱਢਿਆ ਲੇਟ ਕੱਢਿਆ ਗਿਆ ਨਹੀਂ ਸਰ ਅਸੀਂ ਲੇਟ ਆਏ ਆ ਵਾਪਸ ਕਿਉਂਕਿ ਅਸੀਂ ਗੱਲਬਾਤ ਕਰ ਰਹੇ ਸੀ ਨਾ ਅੰਦਰ ਉਹਨਾਂ ਨੇ ਸਾਡੀ ਪਰ ਕੋਈ ਗੱਲ ਨਹੀਂ ਸੁਣੀ ਸਾਨੂੰ ਬਾਹਰ ਕੱਢ ਦਿੱਤਾ ਗਿਆ ਆਪ ਆਏ ਹੋ ਬਾਹਰ ਜਾਂ ਕੱਢਿਆ ਗਿਆ ਨਹੀਂ ਸਰ ਕੱਢਿਆ ਗਿਆ ਕਿੰਨਾ ਨੇ ਕੱਢਿਆ ਸਰ ਬਾਕੀ ਜੋ ਵੀ ਹੈਲਪਰਸ ਅਧਿਕਾਰੀ ਸੀਗੇ ਇਸ ਦੇ ਨਾਲ ਹੀ ਫਿਰੋਜ਼ਪੁਰ ਕੈਂਟ ਦੇ ਇੱਕ ਨਿੱਜੀ ਸਕੂਲ 'ਚ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਨੂੰ ਹੀ ਟੈਟ ਪੇਪਰ ਦੇ ਪ੍ਰਸ਼ਨ ਪੱਤਰ ਨਹੀਂ ਦਿੱਤੇ ਗਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਉੱਥੇ ਪੇਪਰ ਦੇਣ ਆਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਕਾਫੀ ਸਮਾਂ ਬੈਠੇ ਰਹੇ ਪਰ ਉਹਨਾਂ ਨੂੰ ਪ੍ਰਸ਼ਨ ਪੱਤਰ ਨਹੀਂ ਮਿਲੇ ਉਹਨਾਂ ਦਾ ਕਹਿਣਾ ਸੀ ਕਿ ਕਈ ਕਿਲੋਮੀਟਰੋਂ ਸਫ਼ਰ ਕਰਕੇ ਸੈਂਟਰਾਂ 'ਤੇ ਪੁੱਜੇ ਨੇ ਪਰ ਉਹਨਾਂ ਪੱਲੇ ਨਿਰਾਸ਼ਾ ਹੀ ਲੱਗੀ ਹੈ ਕਿੱਥੋਂ ਆਇਆ ਕੀ ਮਾਮਲਾ ਕੀ ਆ ਇਹ ਪੀ ਟੈਟ ਦਾ ਪੇਪਰ ਸੀਗਾ ਜੀ ਉਹਦੇ ਵਿੱਚੋਂ 90 ਨੰਬਰ ਦਾ ਪੇਪਰ ਆਇਆ 60 ਨੰਬਰ ਦਾ ਪੇਪਰ ਇਹਨੇ ਮੈਥ ਸਾਇੰਸ ਦਾ ਦਿੱਤਾ ਜੀ ਠੀਕ ਹੈ ਜੀ ਮੇਰਾ ਕੱਲ੍ਹ ਇੰਸੀਡੈਂਟ ਹੋ ਗਿਆ ਸੀ ਪਰ ਮੈਂ ਫਿਰ ਇਸ ਵਿੱਚ ਹੀ ਪੇਪਰ ਦੇਣ ਆਇਆ ਕੀ ਨਾਂ ਤਾਂ ਕਿੱਥੋਂ ਆਏ ਤੁਸੀਂ ਭਾਈ ਮੈਂ ਮਾਨਸਾ ਤੋਂ ਆਇਆ ਨਾਂ ਕੀ ਤੁਹਾਡਾ ਮੇਰਾ ਨਾਂ ਪਰਮਜੀਤ ਸਿੰਘ ਪਰਮਜੀਤ ਜੀ ਪੇਪਰ ਪੂਰਾ ਨਹੀਂ ਆਇਆ ਤੁਹਾਡੇ ਕੋਲ ਹਾਂਜੀ ਹਾਂ ਸਾਨੂੰ ਡੇਢ ਘੰਟਾ ਤਾਂ ਬਿਠਾ ਕੇ ਰੱਖਿਆ ਵੀ ਆਉਂਦਾ ਜੀ ਪੇਪਰ ਆਉਂਦਾ ਪਰ ਕਿਸੇ ਨੇ ਕੋਈ ਰਾਹ ਨਹੀਂ ਪਾਇਆ ਜੀ ਫਿਰ ਇੱਦਾਂ ਦਾ 5 ਵਜੇ ਇਹਨਾਂ ਨੇ ਸਾਨੂੰ ਕਹਿੰਦੇ ਵੀ ਤੁਹਾਡਾ ਕੈਂਸਲ ਹੋ ਗਿਆ ਸਾਡੇ ਕੋਲ ਕੋਈ ਰਿਕਾਰਡਿੰਗ ਆਈ ਹੈ ਕਿ ਉਹ ਕਹਿ ਰਿਹਾ ਵੀ ਤੁਹਾਡਾ ਕੈਂਸਲ ਹੋ ਗਿਆ ਪਰ ਅੱਧੇ ਬੱਚਿਆਂ ਨੇ ਦੇਤਾ ਕੀ ਪੇਪਰ ਤੁਹਾਡਾ ਦੁਬਾਰਾ ਹੋਏਗਾ ਫਿਰ ਇਹਦਾ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਰ ਕੁਛ ਵੀ ਨਹੀਂ ਇਹ ਚੀਜ਼ ਦਾ ਕੀ ਮੰਗ ਕਰਦੇ ਤੁਸੀਂ ਪੇਪਰ ਦੁਬਾਰੇ ਦੀ ਮੰਗ ਕਰਦੇ ਸਰ ਜਿਹੜੇ ਬੱਚੇ ਰਹਿ ਗਏ ਕਿੰਨੇ ਕੁ ਬੱਚੇ ਹੈਗੇ ਜੀ ਸਰ ਮੈਨੂੰ ਇਹ ਨਹੀਂ ਪਤਾ ਜੀ ਸ਼ਾਇਦ 140 ਕੁ ਬੱਚਿਆਂ ਦਾ ਕੁਛ ਕਹਿੰਦੇ ਜੀ ਕੀ ਮਾਮਲਾ ਕੀ ਹੈ ਮੇਰਾ ਨਾਮ ਰੂਬੀ ਹੈ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ ਅੱਜ ਸਾਡਾ ਇੱਥੇ ਟੈਟ ਪੰਜਾਬ ਟੈਟ ਦਾ ਪੇਪਰ ਸੀ ਸਾਇੰਸ ਤੇ ਮੈਥ ਕੰਬੀਨੇਸ਼ਨ ਦਾ ਜਦੋਂ ਅੱਜ ਸਾਡਾ ਪੇਪਰ ਹੋਇਆ ਪਹਿਲਾਂ ਤਾਂ ਸਾਨੂੰ ਘੰਟਾ ਪੇਪਰ ਨਹੀਂ ਮਿਲਿਆ ਸਿਰਫ ਪਹਿਲੇ ਵਾਲਾ ਪੇਪਰ ਮਿਲਿਆ ਜਿਹਦੇ 'ਚ ਪੈਡਾਗੋਜੀ ਇੰਗਲਿਸ਼ ਅਤੇ ਪੰਜਾਬੀ ਹੁੰਦੀ ਹੈ ਸਾਨੂੰ ਸਾਇੰਸ ਅਤੇ ਮੈਥ ਦਾ ਪੇਪਰ ਨਹੀਂ ਮਿਲਿਆ ਉਸ ਤੋਂ ਬਾਅਦ ਸਾਨੂੰ ਘੰਟੇ ਬਾਅਦ ਪੇਪਰ ਆਇਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਘੰਟਾ ਪੇਪਰ ਕਰਨ ਦਿੱਤਾ ਜਾਏਗਾ ਪਰ ਅੱਧੇ ਨਾਲੋਂ ਜ਼ਿਆਦਾ ਬੱਚਿਆਂ ਨੂੰ ਪੇਪਰ ਮਿਲਿਆ ਹੀ ਨਹੀਂ
ਜਿਸ ਦਾ ਪ੍ਰੂਫ ਆਏ। ਇਸ ਮੌਕੇ ਤੇ ਪੁੱਜੇ ਅਧਿਕਾਰੀ ਦਾ ਕਹਿਣਾ ਕਿ ਮਾਮਲਾ ਉਹਨਾਂ ਦੇ ਧਿਆਨ ਚ ਆਉਣ ਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ, ਜੋ ਵੀ ਅਗਲਾ ਹੁਕਮ ਹੋਵੇਗਾ ਉਹਨਾਂ ਵੱਲੋਂ ਫੈਸਲਾ ਲਿਆ ਜਾਵੇਗਾ। ਸਰ ਤੁਹਾਡਾ ਕੀ ਨਾਂ ਹੈ ਤੇ ਕੀ ਮਾਮਲਾ ਸਰ? ਉਹ ਵੀ ਸਰ ਹਾਫ ਸਟੂਡੈਂਟਸ ਨੂੰ ਮਾਮਲਾ ਜਿੰਨੇ ਆਪਣੇ ਇੱਥੇ ਕੈਂਡੀਡੇਟ ਆਏ ਆ ਧਿਆਨ ਚ ਆਇਆ ਕਿ ਕੁਝ ਕੁਐਸਚਨ ਪੇਪਰ ਆ ਜਿਹੜੇ ਉਹ ਘੱਟ ਮਿਲੇ ਸੀ, ਘੱਟ ਆਏ ਆ, ਤਾਂ ਉਹ ਸੁਪਰਡੈਂਟ ਸਾਹਿਬ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੇ ਕੈਂਡੀਡੇਟ ਨੂੰ ਕਹਿ ਦਿੱਤਾ ਕੁਝ ਸਮਾਂ ਵੇਟ ਕੀਤੀ ਡਿਪਾਰਟਮੈਂਟ ਨੇ ਕਿ ਕਿਸੇ ਤਰੀਕੇ ਨਾਲ ਹੋਰ ਮੰਗਵਾਏ ਜਾ ਸਕਣ, ਤਾਂ ਹੈੱਡ ਆਫਿਸ ਨਾਲ ਸੰਪਰਕ ਕੀਤਾ। ਉੱਥੋਂ ਮੈਂ ਸੰਭਵ ਨਹੀਂ ਹੋ ਸਕਿਆ ਮੌਕੇ 'ਤੇ ਕਿ ਉਹਨੇ ਘੱਟ ਆਏ ਪ੍ਰਸ਼ਨ ਪੱਤਰ ਦਿੱਤੇ ਜਾ ਸਕਣ, ਤਾਂ ਉਸ ਤੋਂ ਬਾਅਦ ਡਿਪਟੀ ਡੀ ਓ ਸੈਕੰਡਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਗਾਂ ਮੁੱਖ ਦਫ਼ਤਰ ਨੂੰ ਇਹਦੇ ਬਾਰੇ ਲਿਖ ਦਿੱਤਾ ਗਿਆ, ਇਹਦੇ ਬਾਰੇ ਸੂਚਿਤ ਕਰ ਦਿੱਤਾ ਵੀ ਘੱਟ ਆਏ ਆ ਪੇਪਰ, ਇਹਦਾ ਲੜੀਂਦਾ ਹੱਲ ਕਰਨ ਲਈ ਜੋ ਵੀ ਸੰਭਵ ਹੱਲ ਹੋਇਆ ਉਹ ਫੈਸਲਾ ਕੀਤਾ ਜਾਊਗਾ। ਸਾਰੇ ਪੇਪਰ ਦੁਆਰਾ ਹੋਣਗੇ, ਇਹਦੇ ਬਾਰੇ ਵਿਭਾਗ ਜੋ ਵੀ ਫੈਸਲਾ ਲਊਗਾ ਦੱਸਿਆ ਜਾਊਗਾ, ਕਿਉਂਕਿ ਜੋ ਸਾਡੀ ਬਣਦੀ ਕਾਰਵਾਈ ਸੀ, ਜੋ ਸਾਡਾ ਸੂਚਿਤ ਕਰਨ ਦਾ ਫਰਜ਼ ਬਣਦਾ ਸੀ ਉਹ ਅਸੀਂ ਡਿਪਾਰਟਮੈਂਟ ਨੂੰ ਕਰ ਦਿੱਤਾ, ਇਸ ਗੱਲ ਦਾ ਤੁਸੀਂ ਯਕੀਨ ਲਓ। ਕੀ ਨਾਮ ਤੁਹਾਡਾ ਸਰ? ਮੇਰਾ ਨਾਮ ਡਾਕਟਰ ਜਗਦੀਪ ਸਿੰਘ ਆ, ਜ਼ਿਲ੍ਹਾ ਭਾਸ਼ਾ ਅਫਸਰ ਫਿਰੋਜ਼ਪੁਰ। ਨਹੀਂ ਸਰ, ਇਹਨਾਂ ਦਾ ਕਹਿਣਾ ਕਿ 240 ਬੱਚਿਆਂ ਦੇ ਇੰਨੇ ਕਿ ਵੰਡੇ ਗਏ ਨੇ ਪੇਪਰ, ਬਾਕੀ ਉਹਨੇ ਕਿਉਂ ਨਹੀਂ ਵੰਡੇ ਗਏ? ਸੰਚਾਲਨ ਕਰਨ ਦਾ ਕੰਮ ਹੁੰਦਾ ਨਾ ਉਹ ਅੰਦਰ ਸੁਪਰਡੈਂਟ ਦਾ ਜੀ, ਸੈਂਟਰ ਦਾ, ਠੀਕ ਹੈ। ਸਾਡੇ ਕੋਲ ਜੋ ਜ਼ਿੰਮੇਵਾਰੀ ਬਾਹਰ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਆ ਉਹਦੇ ਬਾਰੇ ਤੁਹਾਨੂੰ ਗੱਲ ਕਰਦੇ ਹਾਂ, ਅਸੀਂ ਉੱਧਰ ਐਜੂਕੇਸ਼ਨ ਡਿਪਾਰਟਮੈਂਟ ਨਾਲ ਗੱਲ ਕੀਤੀ, ਜੋ ਸਮੱਸਿਆ ਹੈ ਤੁਹਾਨੂੰ ਕਨਵੇ ਕਰ ਦਿੱਤੀ, ਤੁਸੀਂ ਇੱਥੇ ਖੜ੍ਹੇ ਹਾਂ, ਤੁਹਾਡੀ ਸਮੱਸਿਆ ਜੋ ਤੁਹਾਨੂੰ ਰੇਸ ਹੋਈ ਹੈ ਇਸ ਟਾਈਮ ਉਹਦੇ ਹੱਲ ਲਈ ਤੁਹਾਨੂੰ ਮੈਂ ਕਨਵੇ ਕੀਤਾ, ਡਿਪਾਰਟਮੈਂਟ ਵੱਲੋਂ ਸਾਨੂੰ ਇਸ ਲਈ ਭੇਜਿਆ ਗਿਆ, ਠੀਕ ਹੈ। ਅੰਦਰੋਂ ਪਹਿਲਾਂ ਭੇਜੇ ਬਾਹਰ ਭੇਜੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਗਾ, ਇਹਦੇ ਬਾਰੇ ਜੋ ਸੰਬੰਧਿਤ ਅਧਿਕਾਰੀ ਹੈ ਕੋਈ ਦੱਸ। ਉਧਰ ਇਸ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਟਵੀਟ ਵੀ ਸਾਹਮਣੇ ਆਏ ਨੇ, ਜਿਸ 'ਚ ਸਿੱਖਿਆ ਮੰਤਰੀ ਬੈਂਸ ਵੱਲੋਂ ਟੈਟ ਪੇਪਰ 'ਚ ਉੱਤਰ ਲੀਕ ਮਾਮਲੇ 'ਚ ਜਾਂਚ ਦੇ ਹੁਕਮ ਦੇ ਦਿੱਤੇ ਨੇ, ਜਿਸ 'ਚ ਮੰਤਰੀ ਵੱਲੋਂ ਪ੍ਰਿੰਸੀਪਲ ਸਕੱਤਰ ਪੱਧਰ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਨੇ। ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ 'ਤੇ ਅਪਰਾਧਿਕ ਲਾਪਰਵਾਹੀ ਲਈ ਮੁਕੱਦਮਾ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ GNDU ਨੇ ਅਫਸੋਸ ਪ੍ਰਗਟਾਇਆ ਹੈ ਅਤੇ ਬਿਨਾਂ ਕਿਸੇ ਫੀਸ ਦੇ ਇਮਤਿਹਾਨ ਦੁਬਾਰਾ ਲਿਆ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਭਰ 'ਚ ਹੋਈ ਟੈਟ ਪ੍ਰੀਖਿਆ 'ਚ ਉਣਤਾਈਆਂ ਕਾਰਨ ਵਿਦਿਆਰਥੀਆਂ ਨੂੰ ਇਸਦਾ ਹਰਜਾਨਾ ਭੁਗਤਣਾ ਪਿਆ ਹੈ, ਜਿਸ 'ਚ ਉਹਨਾਂ ਦਾ ਇੱਕ ਦਿਨ ਖਰਾਬ ਹੋਇਆ ਅਤੇ ਨਾਲ ਹੀ ਸਫ਼ਰ ਕਰਨ ਦੇ ਲਈ ਪੈਸੇ ਵੀ ਬਰਬਾਦ ਹੋਏ ਨੇ। ਇਸ ਲਈ ਸਰਕਾਰ ਨੂੰ ਵੀ ਚਾਹੀਦਾ ਕਿ ਅਜਿਹੇ ਪੇਪਰਾਂ ਨੂੰ ਲੈਣ ਲਈ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇ। ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਅਤੇ ਬਰਨਾਲਾ ਤੋਂ ਪ੍ਰਵੀਨ ਰਿਸ਼ੀ, ਪੰਜਾਬੀ ਲੋਕ ਚੈਨਲ।